ਔਰ ਦੇਖਿਆ ਥੋੜੀ ਜਿਹੀ ਵੀ ਜਿੱਤੇ ਚੁੰਗ ਹੋ ਜਾਵੇ ਤਾਂ ਕਿਸੇ ਤਰ੍ਹਾਂ ਦੀ ਨਿੱਜ ਨਹੀਂ ਹੋਣ ਦਾ ਜਿਹੜਾ ਹੈ ਜੀ ਹੋਲਾ ਮਹੱਲਾ ਅਨੰਦਪੁਰ ਸਾਹਿਬ ਸੋ ਬਹੁਤ ਹੀ ਇਕਾਗਰਤਾ ਦੇ ਨਾਲ ਇਹਨਾਂ ਸਿੰਘਾਂ ਦੇ ਵੱਲੋਂ ਇਹ ਜੰਗਜੂ ਕਰਤੱਵ ਜਿਹੜੇ ਹੈ ਕਿਲਾ ਪਟਾਈ ਦੇ ਉਹ ਦਿਖਾਏ ਜਾ ਰਹੇ ਹੈ ਜਥੇਦਾਰ ਬਾਬਾ ਨਾਨਕ ਸਿੰਘ ਜੀ ਗੁਰਦੁਆਰਾ ਅਜੀਤਗੜ੍ਹ ਸਾਹਿਬ ਨਵੀਂ ਬਾਦੀ ਸ੍ਰੀ ਅਨੰਦਪੁਰ ਸਾਹਿਬ ਉੱਥੋਂ ਦੇ ਇਹ ਸਿੰਘ ਨੇ ਜਿਹੜੇ ਟੈਂਟ ਪੈ ਗਈ ਕਿਲਾ ਬਣਾਈ ਉਹਦੇ ਜੌਹਰ ਜਿਹੜੇ ਹੈ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਹੈ ਬਹੁਤ ਹੀ ਇਕਾਗਰਤਾ ਦੇ ਨਾਲ ਔਰ ਘੋੜਿਆਂ ਦੀ ਸਪੀਡ ਦੇਖਣ ਵਾਲੀ ਹੈ ਅੱਜ ਕੱਲ੍ਹ ਦਰਸ਼ਕ ਇੱਕ ਵਾਰ ਦਾੜੀਆਂ ਦਾ ਮਾਰ ਦੇਗਾ ਦੇਖੋ ਬੜਾ ਸਟੀਕ ਨਿਸ਼ਾਨਾ ਦੇਖੋ ਦੋ ਘੋੜਿਆਂ ਦੇ ਉਹਦੇ ਸਵਾਰ ਹੋ ਕੇ ਨਿਹੰਗ ਸਿੰਘ ਜਿਹੜੇ ਹੈ ਉਹ ਕਰਤੱਵ ਦਿਖਾ ਰਹੇ ਹੈ ਇਹਨਾਂ ਦਾ ਹੌਸਲਾ ਜ਼ਰੂਰ ਸਾਨੂੰ ਵਧਾਉਣਾ ਚਾਹੀਦਾ ਕਿਉਂਕਿ ਘੋੜੇ ਦੇ ਉੱਤੇ ਬੈਠ ਕੇ ਔਰ ਇੰਨੀ ਤੇਜ਼ ਘੋੜਾ ਦੌੜ ਰਿਹਾ ਹੈ ਔਰ ਉਹਦੇ ਨਾਲ ਘੋੜੇ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਆਪਣੇ ਸਰੀਰ ਨੂੰ ਸਿੱਧਾ ਰਵਾਈਨ ਕਰਦੇ ਹੋਏ ਔਰ ਫਿਰ ਪਾਛੇ ਦੇ ਉੱਤੇ ਨੇਜੇ ਦੇ ਉੱਤੇ ਜਿਹੜਾ ਹੈਗਾ ਇਸ ਤਰ੍ਹਾਂ ਇਹ ਕਿਲਾ ਵੱਢਣਾ ਇਹ ਵਾਕਈ ਬਹੁਤ ਹੀ ਮਿਹਨਤ ਬੜੀ ਲਗਨ ਦੇ ਨਾਲ ਇਹ ਕੰਮ ਕੀਤਾ ਜਾਣ ਵਾਲਾ ਔਰ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਅਭਿਆਸ ਦੀ ਜ਼ਰੂਰਤ ਹੁੰਦੀ ਹੈ ਇਸ ਚੀਜ਼ ਨੂੰ ਕਰਨ ਦੇ ਲਈ ਔਰ ਘੋੜਿਆਂ ਦੀ ਸਪੀਡ ਦੇਖੋ ਤੁਸੀਂ ਕਿੰਨੇ ਜੋਸ਼ ਦੇ ਵਿੱਚ ਨਜ਼ਰ ਆ ਰਿਹਾ ਤਾੜੀਆਂ ਜ਼ਰੂਰ ਮਾਰਦਿਆ ਕਰੋ ਇੱਕ ਵਾਰ ਜ਼ੋਰ ਨਾਲ ਤਾੜੀਆਂ ਮਾਰਦੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਮੈਂ ਦੇਖ ਰਿਹਾ ਛੋਟੇ ਛੋਟੇ ਇਹ ਪਚੱਕੀ ਸਿੰਘ ਜਿਹੜੇ ਨਿਹੰਗ ਸਿੰਘ ਕਿੰਨੇ ਜੋਸ਼ ਦੇ ਨਾਲ ਦੋਨੋਂ ਘੋੜਿਆਂ ਨੂੰ ਜਿਹੜੇ ਆ ਉਹ ਦੌੜਾ ਕੇ ਲਿਜਾ ਰਹੇ ਹੈ ਇੱਕ ਹੋਰ ਸਿੰਘ ਜਾ ਰਿਹਾ ਹੈ ਔਰ ਦੇਖਦੇ ਹਾਂ ਨਾ ਨਿਸ਼ਾਨਾ ਖੁੰਝ ਰਿਹਾ ਕਿ ਲੱਗਦਾ ਹੈ ਹਾਂਜੀ ਦੂਜੇ ਸਿੰਘ ਨੇ ਨਿਸ਼ਾਨਾ ਜਿਹੜਾ ਬਿਲਕੁਲ ਸਹੀ ਲਾ ਦਿੱਤਾ ਜੋੜਨ ਤਾੜੀਆਂ ਇਹਨਾਂ ਨਿਹੰਗ ਸਿੰਘਾਂ ਦੇ ਲਈ ਮੇਰੀ ਦਰਸ਼ਕਾਂ ਨੂੰ ਬੇਨਤੀ ਹੈ ਦੋ ਘੋੜਿਆਂ ਦੇ ਉੱਤੇ ਸਵਾਰ ਹੋਣਾ ਇਹ ਮਾਧੋ ਸਿੰਘ ਨੇ ਦੋ ਘੋੜਿਆਂ ਦੇ ਉੱਤੇ ਜਿਹੜੇ ਸਵਾਰ ਸੀ ਤਾੜੀਆਂ ਜ਼ਰੂਰ ਇਹਨਾਂ ਸਿੰਘਾਂ ਦੇ ਲਈ ਮਾਰਦੇ ਰਹੋ ਤੁਸੀਂ ਕਿਉਂਕਿ ਹੌਸਲਾ ਅਫਜ਼ਾਈ ਜਿਹੜੀ ਹੈ ਉਹ ਸਾਡੀ ਕਰਨੀ ਬਣਦੀ ਹੈ ਬੜੀ ਹੀ ਮਿਹਨਤ ਤੇ ਬੜੇ ਲਗਨ ਦੇ ਨਾਲ ਤੇ ਜਿਹੜਾ ਇਹ ਤਿਆਰੀ ਹੈ ਇਹ ਇਸ ਤਰ੍ਹਾਂ ਨਹੀਂ ਹੁੰਦੀ ਉਹ ਦੇਖ ਰਿਹਾ ਮੈਂ ਕਿ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਉਹ ਕਿੰਨੇ ਉਤਸ਼ਾਹ ਦੇ ਨਾਲ ਔਰ ਕਿੰਨੇ ਆਰਾਮਦਾਇਕ ਤਰੀਕਿਆਂ ਦੇ ਨਾਲ ਘੋੜ ਸਵਾਰੀ ਜਿਹੜੀ ਕਰ ਰਹੇ ਹੈ ਔਰ ਬੜੀ ਮਿਹਨਤ ਔਰ ਬੜੀ ਲਗਨ ਦੇ ਨਾਲ ਇਹ ਕੀਤਾ ਜਾ ਰਿਹਾ ਹਾਂਜੀ ਚੱਲੇ ਨੇ ਦੁਬਾਰਾ ਗੁਰੂ ਦੀਆਂ ਲਾਡਲੀਆਂ ਪਹੁੰਚਾਂ ਲਓ ਵੀ ਦੋਨੋਂ ਸਿੰਘਾਂ ਨੇ ਦੋਨੋਂ ਸਿੰਘਾਂ ਦਾ ਨਿਸ਼ਾਨਾ ਅਚੂਕ ਰਿਹਾ ਵਾਹ ਜੀ ਵਾਹ ਬੜਾ ਦੇਸ਼ ਉਹ ਕੋੜਾ ਬੜੇ ਦੂਰ ਹੋ ਗਿਆ ਨਿਹੰਗ ਸਿੰਘ ਸੀ ਇਸ ਤੋਂ ਬਾਅਦ ਤੁਹਾਡੀ ਜਥਾ ਭਾਈ ਗੁਰਮੀਤ ਸਿੰਘ ਔਰ ਉਹਨਾਂ ਦਾ ਜਥਾ ਜਿਹੜਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਮੰਚ ਦੇ ਨਜ਼ਦੀਕ ਆ ਜਾਣ ਤੁਹਾਡੀ ਜਥਾ ਸਹੀ ਗੱਲ ਹੈ